ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਜਿੰਨੇ ਵੀ ਸਾਥੀ ਨੇ, ਉਹਨਾਂ ਦੇ ਸਮਰਥਕ ਨੇ, ਉਹ ਇਸ ਵੇਲੇ ਵਧਾਈਆਂ ਦੇਣ ਦੇ ਲਈ ਪਹੁੰਚੇ ਨੇ। ਜੋਸ਼ੀ ਸਾਹਿਬ, ਸਭ ਤੋਂ ਪਹਿਲਾਂ ਤਾਂ ਅੱਜ ਵਿਸਾਖੀ ਦਾ ਦਿਹਾੜਾ ਵੀ ਹੈ, ਤੁਹਾਨੂੰ ਟਿਕਟ ਵੀ ਮਿਲੀ ਹੈ, ਮੇਰੇ ਵੱਲੋਂ ਵੀ ਬਹੁਤ ਵਧਾਈਆਂ। ਹੁਣ ਅੱਗੇ ਰਣਨੀਤੀ ਕੀ ਹੈ? ਰਣਨੀਤੀ ਕਾਹਦੀ ਹੁੰਦੀ ਹੈ? ਆਪਣਾ ਲੋਕਾਂ ਨੂੰ ਪਤਾ ਵਾ ਜੋ ਮੈਂ ਕੀਤਾ, ਜੋ ਮੈਂ ਪਹਿਲਾਂ ਕੀਤਾ ਲੋਕਾਂ ਨੂੰ ਪਤਾ, ਮੈਨੂੰ ਕੋਈ ਰਣਨੀਤੀ ਕਰਨ ਦੀ ਲੋੜ ਨਹੀਂ। ਮੈਂ ਸਿੰਪਲ ਬੰਦਾ, ਮੈਂ ਮੰਤਰੀ ਹੁੰਦਿਆਂ ਵੀ ਸਾਈਕਲ 'ਤੇ ਜਾਂਦਾ ਸੀ, ਮੇਰੇ ਨਾਲ ਉਦੋਂ ਕੋਈ ਰਣਨੀਤੀ ਸੀ, ਨਾ ਮੰਤਰੀ ਬਣਨ ਤੋਂ ਬਾਅਦ ਕੋਈ ਰਣਨੀਤੀ ਸੀ, ਨਾ ਪਹਿਲਾਂ ਸੀ ਅਤੇ ਨਾ ਹੁਣ ਇਲੈਕਸ਼ਨ 'ਚ ਕੋਈ ਰਣਨੀਤੀ ਆ। ਸਿੰਪਲ ਗੱਲ ਹੈ, ਲੋਕਾਂ ਨੂੰ ਇਹ ਕਹਿੰਦਾ ਕਿ ਬਟਨ ਦੱਬ ਦੱਬ ਕੇ ਉਮਰਾਂ ਨਾ ਗਵਾਓ। ਇੱਕ ਗੱਲ ਸਾਹਮਣੇ ਆਈ ਹੈ ਕਿ ਜੋਸ਼ੀ ਸਾਹਿਬ ਦਾ ਕੋਈ ਮੂਡ ਨਹੀਂ ਸੀ ਇਸ ਵਾਰੀ ਇਲੈਕਸ਼ਨ ਲੜਨ ਦਾ, ਉਹ ਕੀ ਕਹਾਣੀ? ਨਹੀਂ ਕਹਾਣੀ ਨਹੀਂ, ਮੈਂ ਤਾਂ ਵੈਸੇ ਹੀ ਅੱਕ ਥੱਕ ਗਿਆ। ਮੈਂ ਕਿਹਾ ਲੋਕੀ ਇਮਾਨਦਾਰੀ ਅਤੇ ਕੰਮ ਨੂੰ ਗਿਣਦੇ ਨੇ, ਪਰ ਮੈਂ ਹੁਣ ਜਦੋਂ ਜਾਣਾ ਨਾ, ਮੈਂ ਹਾਲੇ ਕੋਈ ਕੰਪੇਨ ਨਹੀਂ ਸ਼ੁਰੂ ਕੀਤੀ, ਮੈਨੂੰ ਇੰਨੇ ਕੁ ਫੋਨ ਆ ਕੇ ਆਪੇ ਹੀ ਲੋਕੀ ਕਹਿੰਦੇ ਆ, ਆਪੇ ਹੀ ਕਹਿੰਦੇ ਆ ਪਿਆਰ ਕੀ ਤੁਹਾਨੂੰ ਜਿਤਾਉਣਾ, ਜੋ ਸਾਹਿਬ ਅਸੀਂ ਵੇਖ ਲਿਆ ਸਭ ਕੁਝ, ਐਰ ਕੀ ਅਸੀਂ ਤੁਹਾਨੂੰ ਜਿਤਾਉਣਾ। ਇਹ ਜਿਹੜਾ ਲੋਕਾਂ ਦਾ ਇਸ ਵੇਲੇ ਜਿਹੜਾ ਨਾ ਮੈਨੂੰ ਨਜ਼ਰ ਆ ਰਿਹਾ, ਜੋ ਹਾਵ ਭਾਵ, ਲੋਕਾਂ ਦਾ ਉਤਸ਼ਾਹ, ਲੋਕਾਂ ਦਾ ਜੋਸ਼, ਇਹਦੇ ਤੋਂ ਮੈਨੂੰ ਲੱਗਣ ਲੱਗ ਪਿਆ ਨਹੀਂ ਕੰਮ ਨਹੀਂ ਮਰਦਾ, ਦੇਰ ਸਵੇਰ ਇਹ ਫਿਰ ਜਾਗਦਾ। ਲੋਕ ਕੰਪੈਰੀਜ਼ਨ ਕਰਦੇ ਆ ਕਈ ਵਾਰੀ, ਬੈਸਟ ਦੇ ਚੱਕਰ ਦੇ ਵਿੱਚ, ਹੋਰ ਬੈਸਟ ਦੇ ਚੱਕਰ 'ਚ ਗੁੰਮਰਾਹ ਹੋ ਜਾਂਦੇ ਆ, ਪਰ ਜਦੋਂ ਉਹ ਵੇਖ ਲੈਂਦੇ ਆ ਨਾ ਵੀ ਪ੍ਰੈਕਟੀਕਲੀ ਜਿਹੜੀਆਂ ਚੀਜ਼ਾਂ ਨਹੀਂ, ਇਹ ਜੋ ਲੋਕ ਸਬਜ਼ ਬਾਗ ਵਿਖਾਉਂਦੇ ਆ ਪਰ ਕਰਦੇ ਨਹੀਂ ਗੇ, ਤਾਂ ਫਿਰ ਸਹੀ ਟਿਕਾਣੇ 'ਤੇ ਆ ਜਾਂਦੇ ਆ। ਅੱਜ ਮੈਨੂੰ ਕੁਛ ਕਰਨ ਦੀ ਲੋੜ ਨਹੀਂ ਪੈ ਰਹੀ, ਲੋਕ ਆਪੇ ਇਲੈਕਸ਼ਨ ਲੜਨੀ ਵੀ ਸ਼ੁਰੂ ਕਰਤੀ, ਲੋਕਾਂ ਨੇ ਲੜਨੀ ਵੀ ਸ਼ੁਰੂ ਕਰਤੀ ਆ। ਇੰਨੇ ਕੁ ਫੋਨ ਆਉਂਦੇ ਆ, ਤੁਹਾਨੂੰ ਐਰ ਕੀ ਜਿਤਾਉਣਾ, ਜੋ ਸਾਹਿਬ ਪਹਿਲਾਂ ਹੀ ਵਧਾਈਆਂ ਲੈ ਲਓ। ਨਾਮ ਦਾ ਐਲਾਨ ਹੋ ਚੁੱਕਾ, ਕੈਂਪੇਨ ਜਿਹੜੀ ਆ ਪਹਿਲਾਂ ਕੀਤੀ ਜਾ ਰਹੀ ਸੀ ਜਾਂ ਹੁਣ ਸ਼ੁਰੂਆਤ ਕੀਤੀ? ਨਹੀਂ, ਕੰਪੇਨ ਤਾਂ ਮੈਂ ਕੱਲ੍ਹ ਇੱਕ ਪ੍ਰੋਗਰਾਮ ਕੀਤਾ ਬਸ, ਜਦੋਂ ਮੈਂ ਪਤਾ ਲੱਗ ਗਿਆ ਵੀ ਹਾਂ ਆਲਮੋਸਟ ਫਾਈਨਲ ਆ, ਅਤੇ ਕੱਲ੍ਹ ਇੱਕ ਪ੍ਰੋਗਰਾਮ ਮੈਂ ਤਲਬੀਰ ਜੀ ਨੇ ਆਪਣਾ ਸਾਊਥ ਹਲਕੇ 'ਚ 43 ਵਾਰਡ 'ਚ ਕਰਾਇਆ, ਬਹੁਤ ਜੋਸ਼ ਸੀ। ਮੈਨੂੰ ਲੋਕਾਂ, ਮੇਰੀਆਂ ਭੈਣਾਂ ਮਾਵਾਂ ਨੇ ਮੈਨੂੰ ਬਾਅਦ 'ਚ ਪ੍ਰੋਗਰਾਮ ਤੋਂ ਬਾਅਦ ਮਿਲ ਕੇ ਆਖਿਆ, ਧਰਨਾ ਫੋਟੋ ਲਾਉਣੀ ਆ, ਅਸੀਂ ਬਹੁਤ ਚਿਰ ਤੋਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਕਿਉਂਕਿ ਉਹ ਦੂਰ ਉੱਧਰ ਮਤਲਬ ਹੈ, ਉਹਨਾਂ ਨੇ ਕੰਮ ਨੂੰ ਮਹਿਸੂਸ, ਕੰਮ ਦੀ ਖੁਸ਼ਬੂ ਹਰ ਥਾਂ। ਦਿਨ ਵੀ ਬਹੁਤ ਵੱਡਾ, ਅੱਜ ਦੇ ਦਿਨ ਤੁਹਾਡੇ ਨਾਮ ਦਾ ਐਲਾਨ ਹੋਇਆ, ਹਾਲਾਂਕਿ ਪਹਿਲਾਂ ਤੋਂ ਤੁਹਾਨੂੰ ਭਰੋਸਾ ਜ਼ਰੂਰ ਦਿੱਤਾ ਸੀ ਕਿ ਅੰਮ੍ਰਿਤਸਰ ਤੋਂ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਜਾਣੀ ਹੈ, ਤੁਹਾਡੀ ਪਹਿਲਾਂ ਕਿੰਨੀ ਕੁ ਤਿਆਰੀ ਸੀ ਔਰ ਹੁਣ ਇੱਕ ਅੱਜ ਬਹੁਤ ਵੱਡੇ ਦਿਨ 'ਤੇ ਨਾਮ ਦਾ ਐਲਾਨ ਹੋਣਾ, ਉਸ ਚੀਜ਼ ਨੂੰ ਲੈ ਕੇ ਕਿੰਨਾ? ਦੇਖੋ, ਗੁਰੂ ਦੀ ਨਗਰੀ ਹੈ, ਗੁਰੂ ਰਾਮਦਾਸ ਦੀ ਪਵਿੱਤਰ ਨਗਰੀ, ਦੁਨੀਆ ਭਰ ਦਾ ਇਹ ਸ਼ਰਧਾ ਦਾ ਕੇਂਦਰ ਆ, ਬਹੁਤ ਵੱਡਾ ਨਾਮ ਆ ਸ਼੍ਰੀ ਅੰਮ੍ਰਿਤਸਰ ਸਾਹਿਬ, ਸਿਫਤੀ ਦਾ ਘਰ, ਇਹ ਪੂਰੀ ਦੁਨੀਆ 'ਚ ਬੈਠੇ ਪੰਜਾਬੀ ਨਹੀਂ, ਪੂਰੇ ਦੁਨੀਆ 'ਚ ਬੈਠੇ ਹਿੰਦੁਸਤਾਨੀ ਲੋਚਦੇ ਆ ਕਿ ਜਾਈਏ ਗੁਰੂ ਨਗਰੀ 'ਚ ਅਤੇ ਨਤਮਸਤਕ ਹੋਈਏ। ਇਹ ਉਸ ਨਗਰ ਦੀ ਮੈਨੂੰ ਸੇਵਾ ਮਿਲੀ ਹੈ, ਮੈਂ ਪਾਰਟੀ ਦਾ ਬਹੁਤ ਕੋਟਨ ਕੋਟ ਧੰਨਵਾਦ ਕਰਦਾ, ਸੁਖਬੀਰ ਬਾਦਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ, ਉਸ ਤੋਂ ਵੱਡਾ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ, ਗੁਰੂ ਸਾਹਿਬ ਨੇ ਮੈਨੂੰ ਮੇਰੇ ਪਿਛਲੇ ਕੰਮ ਤੋਂ ਪ੍ਰਸੰਨ ਹੋ ਕੇ ਮੇਰੀ ਚੋਣ ਕੀਤੀ ਆ। ਗੁਰੂ ਸਾਹਿਬ ਆਪ ਹੀ ਵਰਤ ਰਹੇ ਆ, ਆਪ ਹੀ ਵਰਤ ਰਹੇ ਆ, ਉਹਨਾਂ ਨੇ ਜਿਹੜੀ ਪਿਛਲੀ ਸੀ ਨਾ ਮੇਰੀ ਸੇਵਾ, ਉਹਦੇ ਕਰਕੇ ਉਹ ਤੋਂ ਪ੍ਰਸੰਨ ਹੋ ਕੇ ਮੈਂ ਮੇਰੀ ਡਿਊਟੀ ਲਾਈ ਆ, ਅਤੇ ਉਹ ਲੋਕਾਂ 'ਚ ਵੱਸ ਵੀ ਗਏ ਆ, ਕਿਉਂਕਿ ਗੁਰੂ ਸਾਹਿਬ ਆਪ ਵੱਸ ਕੇ ਲੋਕਾਂ ਦੇ ਵਿੱਚ ਇਸ ਮਿਸ਼ਨ ਨੂੰ ਸਿਰੇ ਚੜਾਉਣਗੇ। ਤੁਹਾਨੂੰ ਲੋਕ ਜੇ ਜਿਤਾਉਂਦੇ ਆ, ਸੇਵਾ ਲੈਂਦੇ, ਪਰ ਗੁਰੂ ਨਗਰੀ ਦਾ ਤੁਸੀਂ ਜ਼ਿਕਰ ਕੀਤਾ ਤਾਂ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ, ਕਿਉਂਕਿ ਦੁਨੀਆ ਭਰ ਦੀ ਨਜ਼ਰ ਅੰਮ੍ਰਿਤਸਰ ਦੇ ਉੱਤੇ ਟਿਕੀ ਰਹਿੰਦੀ। ਅਸੀਂ ਅੱਗੇ ਪੂਰੀ ਕੀਤੀ ਆ, ਸ਼ੌਂਕ ਨਾਲ ਕੀਤੀ ਆ, ਇੱਥੋਂ ਕੀਤੀ ਆ ਦਿਲੋਂ, ਮੇਰੇ ਵਾਸਤੇ ਕੰਮ ਹੀ ਨਹੀਂ ਔਖਾ ਕੋਈ, ਮੈਨੂੰ ਅੱਜ ਤੱਕ ਕੋਈ ਕੰਮ ਔਖਾ ਲੱਗਾ ਹੀ ਨਹੀਂ, ਜਿੱਥੇ ਚਾਹ ਉੱਥੇ ਰਾਹ, ਇੱਛਾ ਹੋਵੇ ਤਾਂ ਰਸਤੇ 'ਤੇ 100 ਆ, ਕੋਈ ਦੁਨੀਆ ਦੇ ਉੱਤੇ ਕੋਈ ਧਾਰ ਲਏ, ਅੱਜ ਤੱਕ ਕੋਈ ਵੇਖਿਆ ਵੀ ਉਹ ਅਚੀਵ ਨਾ ਕਰ ਪਾਵੇ, ਕਿੱਥੋਂ ਤੱਕ ਚੰਦਰਮਾ ਤੱਕ ਪਹੁੰਚ ਗਏ ਲੋਕ, ਇੱਛਾ ਨਹੀਂ ਪਹੁੰਚੇ ਹਨ, ਜਿੱਥੇ ਚਾਹ ਉੱਥੇ ਰਾਹ। ਜਿਹੜਾ ਵੀ ਕੰਮ ਸੋਚਾਂਗੇ, ਜਿਹੜਾ ਲੋਕਾਂ ਦੇ ਭਲੇ ਵਾਸਤੇ ਹੋਊਗਾ, ਉਹਦੇ ਵਾਸਤੇ ਸਟੈਂਡ ਲਵਾਂਗੇ, ਸਿਰੇ ਲਾ ਕੇ ਦਿਖਾਵਾਂਗੇ।
ਕਰ ਚੁੱਕੇ ਹਾਂ, ਹੱਥਾਂ 'ਤੇ ਸਰੋਂ ਜਮਾਈ ਆ, ਜੋ ਅੱਜ ਤੱਕ 75 ਸਾਲਾਂ 'ਚ ਨਹੀਂ ਹੋਇਆ ਉਹ ਤੁਹਾਡੇ ਸੇਵਕ ਨੇ ਜਿਹੜਾ ਨਾ 5 ਸਾਲ ਸਭ ਕੁਝ ਕਰਤਾ। ਆਖਰੀ ਸਵਾਲ, ਤੁਹਾਨੂੰ ਕੀ ਲੱਗਦਾ ਜਾਂ ਤੁਹਾਡੇ ਸਮਰਥਕਾਂ ਨੂੰ ਕੀ ਲੱਗਦਾ ਕਿ ਤੁਹਾਨੂੰ ਹੀ ਕਿਉਂ ਉਮੀਦਵਾਰ ਚੁਣਿਆ, ਤੁਹਾਡੇ ਵਿੱਚ ਐਸੀ ਕਿਹੜੀ ਪ੍ਰਾਪਤੀ? ਮੈਂ ਤੇ ਇਹ ਵੀ ਕੋਟਨ ਕੋਟ ਧੰਨਵਾਦ ਕਰਦਾ, ਗੁਰਦਾਸਪੁਰ ਵਾਲੇ ਮਿਲੇ ਜਾ ਕੇ ਉੱਥੇ ਸੁਖਬੀਰ ਬਾਦਲ ਜੀ ਨੂੰ, ਆਂਦੇ ਜੀ ਗੁਰਦਾਸਪੁਰ ਭੇਜ ਦਿਓ, ਸਾਡੇ ਲਿਖਾ ਕੇ ਲੈ ਜਾਓ, ਜਿਤਾ ਕੇ ਭੇਜਾਂਗੇ। ਅਕਾਲੀ ਦਲ ਦੇ ਗੁਰਦਾਸਪੁਰ ਦੀ ਟੀਮ, ਤਰਨ ਤਾਰਨ ਦੀ ਸਾਰੀ ਟੀਮ, ਉਹ ਆਂਦੇ ਜੀ ਸਾਡੇ ਕੋਲ ਸ਼ਾਮ ਲੱਲੋ, ਅਸੀਂ ਜੋਸ਼ੀ ਨੂੰ ਭੇਜ ਦਿਓ, ਅਸੀਂ ਜਿਤਾ ਕੇ ਭੇਜਾਂਗੇ। ਅੰਮ੍ਰਿਤਸਰ ਵਾਲਿਆਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਸਿਰਫ ਵੀ ਤਿਆਰੀ ਕਰ ਲਓ, ਪਾਰਲੀਮੈਂਟ ਆ ਗਈ ਆ, ਬਿਕਰਮਜੀਤ ਮਜੀਠੀਆ ਜੀ ਨੇ ਉਹ ਮੀਟਿੰਗ ਸੱਦੀ ਸੀ, ਸਾਰੇ ਹਲਕਾ ਇੰਚਾਰਜ ਸਾਰੇ ਕੋਰ ਮੈਂਬਰ, 500-600 ਲੋਕਾਂ ਦੀ ਮੀਟਿੰਗ ਸੀ, ਦੋਵੇਂ ਹੱਥ ਖੜੇ ਕਰਕੇ ਲੋਕਾਂ ਨੇ ਕਿਹਾ ਜੀ ਜੋਸ਼ੀ ਸਾਡਾ ਕੈਂਡੀਡੇਟ ਹੋਵੇ, ਅਤੇ ਮੈਂ ਰਿਣੀ ਹਾਂ ਉਹਨਾਂ ਦਾ, ਮੈਂ ਕੋਟਨ ਕੋਟ ਧੰਨਵਾਦ ਕਰਦਾ। ਇਹ ਪ੍ਰਭੂ ਗੁਰੂ ਰਾਮਦਾਸ ਜੀ ਆਪ ਲੋਕਾਂ ਚ ਵੱਸ ਰਿਹਾ, ਰਾਮਦਾਸ ਜੀ ਦੇ ਦਰ ਦੇ ਉੱਤੇ ਚੱਕਰ ਚੱਲ ਰਿਹਾ, ਮੈਂ ਕੁਛ ਨਹੀਂ ਕਰ ਰਿਹਾ। ਰਾਮਦਾਸ ਜੀ ਦਾ ਭਜਨ ਕਰਦੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਿਹਾ, ਅਸੀਂ ਤੇ ਐਵੇਂ ਹੀ ਜੋ ਮਰਜ਼ੀ ਭਲਵਾਨ ਬਣੀ ਜਾਈਏ, ਇਹ ਉਹਦੀ ਮਰਜ਼ੀ ਨਾਲ ਚੱਲ ਰਿਹਾ ਸਭ। ਗੁਰੂ ਰਾਮਦਾਸ ਜੀ ਦਾ ਜ਼ਿਕਰ ਕੀਤਾ, ਚਾਰ ਦਰਵਾਜ਼ੇ ਨੇ, ਕਿਸੇ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ, ਔਰ ਇੱਥੇ ਵੀ ਮੈਂ ਇੱਕ ਵਾਰੀ ਤਸਵੀਰ ਦਿਖਾਉਣੀ ਚਾਹੂੰਗਾ ਕਿ ਅਨਿਲ ਜੋਸ਼ੀ ਔਰ ਆਸ ਪਾਸ ਰੰਗ ਬਿਰੰਗੀਆਂ ਦਸਤਾਰਾਂ ਨਜ਼ਰ ਆ ਰਹੀਆਂ ਨੇ, ਇਹ ਵੀ ਇੱਕ ਵੱਖਰਾ ਰੰਗ ਇਸ ਵਾਰ ਦੇਖਣ ਨੂੰ। ਤੇ ਤੁਸੀਂ ਇਹ ਵੇਖੋ ਨਾ, ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਉਹਦਾ ਸੈਕੂਲਰ ਚਿਹਰਾ ਨਜ਼ਰ ਆ ਗਿਆ ਨਾ ਲੋਕਾਂ ਨੂੰ, ਪਟਿਆਲੇ ਤੋਂ NK ਸ਼ਰਮਾ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਇਸ ਤੋਂ ਵੱਡੇ ਸੈਕੂਲਰਿਜ਼ਮ ਕੀ ਹੁੰਦਾ? ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟ ਦੇ 13 ਚੋਂ 2 ਦੇ ਹਿੰਦੂ ਕੈਂਡੀਡੇਟ ਆ ਵੀ ਗਏ ਆ, ਹਾਲੇ ਹੋਰ 1-2 ਆ ਸਕਦੇ ਆ, 7 ਚ 2 ਆ ਗਏ ਆ, 5-6 ਰਹਿੰਦੀਆਂ ਨਾ ਹਾਲੇ ਹੋਰ 2। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਸੈਕੂਲਰ ਪਾਰਟੀ ਆ, ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ, ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਮੁਸ਼ਕਲ ਨੂੰ ਜਾਣਦੀ ਆ, ਕਿਉਂਕਿ ਖੇਤਰੀ ਪਾਰਟੀ ਲੋਕਾਂ ਦੇ ਨੇੜੇ ਹੁੰਦੀ ਆ, ਉਹਦੇ ਲੀਡਰ ਲੋਕਾਂ ਦੇ ਨੇੜੇ ਹੁੰਦੇ ਆ, ਉਹ ਖੇਤਰੀ ਪਾਰਟੀ ਆਪਣੇ ਸੂਬੇ ਦੀ ਲੜਾਈ ਲੜ ਸਕਦੀ ਆ, ਨੈਸ਼ਨਲ ਪਾਰਟੀਆਂ ਨੇ ਤੇ ਬਾਕੀ ਸਟੇਟਾਂ ਦਾ ਪਹਿਲਾਂ ਸੋਚਣਾ। ਪਿੰਡਾਂ ਦੇ ਵਿੱਚ ਜਾਓਗੇ ਕਈ ਲੀਡਰਾਂ ਦਾ ਤਾਂ ਪਿੰਡਾਂ 'ਚ ਵਿਰੋਧ ਬਹੁਤ ਹੋ ਰਿਹਾ, ਤੇ ਮੈਂ ਗਿਆ ਵਾਂ, ਹੱਥਾਂ 'ਤੇ ਚੁੱਕਿਆ ਲੋਕਾਂ ਨੇ, ਪਿੰਡਾਂ ਵਾਲੇ ਕਹਿੰਦੇ, ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਮੈਂ ਤਾਂ ਕਦੀ ਆਇਆ ਨਹੀਂ, ਤੁਸੀਂ ਇੰਨੇ ਦੁਸ਼ਾਤ, ਇੰਨੇ ਖੋਜ ਜੱਫੀਆਂ ਪਾਈ ਜਾਂਦੇ ਜੇ ਕਿਸ ਗੱਲ 'ਤੇ? ਕਹਿੰਦੇ ਤੁਹਾਡਾ ਕੰਮ ਵੇਖਿਆ, ਤੁਹਾਡਾ ਸਟੈਂਡ ਵੇਖਿਆ, ਜੋ ਸਾਹਿਬ ਅਸੀਂ ਤਾਂ ਕਦੋਂ ਦੇ ਆਉਂਦੇ ਹਾਂ, ਪਿਛਲੀ ਵਾਰੀ ਵੀ ਆਖਿਆ ਸੀ ਜੋਸ਼ ਸਾਹਿਬ ਨੂੰ ਪਾਰਲੀਮੈਂਟ ਦੀ ਟਿਕਟ ਦਿਓ, ਅਸੀਂ ਜਿਤਾਵਾਂਗੇ, ਤੇ ਤੁਸੀਂ ਪਹਿਲਾਂ ਹੀ ਵਧਾਈ ਲਿਆ ਜੋ ਪਿੰਡਾਂ 'ਚ ਵੀ ਜਾਂਦੇ ਆ। ਇਸ ਕਰਕੇ ਮੈਂ ਸ਼ੁਕਰਾਨਾ ਕਰਦਾ ਗੁਰੂ ਰਾਮਦਾਸ ਜੀ ਦਾ, ਮੁਰਲੀ ਵਾਲੇ ਦਾ, ਬੰਸੀ ਵਾਲੇ ਦਾ, ਕ੍ਰਿਸ਼ਨ ਕਨਈਆ ਦਾ, ਇਹ ਸਭ ਉਹਨਾਂ ਦਾ, ਪ੍ਰਭੂ ਦਾ, ਪਰਮਾਤਮਾ ਸਾਰੇ ਇੱਕ ਹੀ ਆ, ਇਹ ਉਹਨਾਂ ਦਾ ਹੀ ਚੱਕਰ ਚੱਲਦਾ ਪਿਆ। ਅਨਿਲ ਜੋਸ਼ੀ ਖੁਸ਼ ਵੀ ਨੇ, ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਮੂੰਹ ਮਿੱਠਾ ਕਰਵਾ ਕੇ ਅਨਿਲ ਜੋਸ਼ੀ ਦੇ ਜਿੰਨੇ ਵੀ ਸਾਥੀ ਨੇ ਉਹ ਇਸ ਵੇਲੇ ਖੁਸ਼ੀ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ, ਔਰ ਜਿੱਥੇ ਇੱਕ ਪਾਸੇ ਘਰ ਦੇ ਅੰਦਰ ਲੱਡੂ ਖਵਾਏ ਜਾ ਰਹੇ ਨੇ, ਤਾਂ ਬਾਹਰ ਜਿਹੜਾ ਸੈਲੀਬ੍ਰੇਸ਼ਨ ਕਿਸ ਤਰੀਕੇ ਦੀ ਹੈ ਉਹ ਵੀ ਦੇਖਣ ਦੀ ਕੋਸ਼ਿਸ਼ ਕਰਦੇ ਆ। ਬਾਹਰ ਢੋਲ ਢਮੱਕਿਆਂ ਦੇ ਨਾਲ ਅਨਿਲ ਜੋਸ਼ੀ ਨੂੰ ਟਿਕਟ ਦਿੱਤੇ ਜਾਣ ਦਾ ਜਿਹੜਾ ਸਵਾਗਤ ਹੈ ਉਹ ਕੀਤਾ ਜਾ ਰਿਹਾ, ਤਾਂ ਢੋਲ ਦੀ ਥਾਪ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਪੂਰੀਆਂ ਤਿਆਰੀਆਂ ਨੇ। ਇਹ ਘਰ ਦੇ ਬਾਹਰ ਦੀ ਤਸਵੀਰ ਹੈ ਅਨਿਲ ਜੋਸ਼ੀ ਦੇ ਬਿਲਕੁਲ ਦਫ਼ਤਰ ਦੇ ਬਾਹਰ ਦੀ, ਔਰ ਢੋਲ ਢਮੱਕੇ ਤੁਸੀਂ ਦੇਖ ਸਕਦੇ ਹੋ, ਤਾਂ ਅਕਾਲੀ ਦਲ ਦੀ ਪਹਿਲੀ ਜਿਹੜੀ ਲਿਸਟ ਹੈ ਉਹ ਅੱਜ ਆ ਚੁੱਕੀ ਹੈ। ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਕੈਂਡੀਡੇਟ ਹੋਣਗੇ। ਰਾਜਨੀਤੀ ਦੇ ਵਿੱਚ ਜਿਹੜੀ ਅਜੀਬ ਚੀਜ਼ ਹੁੰਦੀ ਹੈ ਕਿ ਇਸੇ ਹੀ ਦਫ਼ਤਰ 'ਤੇ ਕਿਸੇ ਸਮੇਂ BJP ਦੇ ਝੰਡੇ ਨਜ਼ਰ ਆਉਂਦੇ ਸੀ, ਪਰ ਕਿਸਾਨੀ
ਅੰਦੋਲਨ ਤੋਂ ਪਹਿਲਾਂ ਜਦੋਂ 3 ਖੇਤੀ ਕਾਨੂੰਨਾਂ ਦੀ ਗੱਲ ਕੀਤੀ ਗਈ ਕੇਂਦਰ ਸਰਕਾਰ ਦੇ ਵੱਲੋਂ, ਤਾਂ ਉਦੋਂ ਜੋ ਹੈ ਅਨਿਲ ਜੋਸ਼ੀ ਬੀਜੇਪੀ ਨੂੰ ਅਲਵਿਦਾ ਕਹਿ ਕੇ ਉਹਨਾਂ ਵੱਲੋਂ ਅਕਾਲੀ ਦਲ ਦਾ ਜਿਹੜਾ ਪੱਲਾ ਉਹ ਫੜਿਆ ਗਿਆ ਸੀ, ਤਾਂ ਉਸ ਤੋਂ ਬਾਅਦ ਲਗਾਤਾਰ, ਹਾਲਾਂਕਿ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਵੀ ਅਨਿਲ ਜੋਸ਼ੀ ਨੂੰ ਮੌਕਾ ਮਿਲਿਆ ਸੀ, ਪਰ ਉਸ ਵੇਲੇ ਉਹ ਸੀਟ ਨਹੀਂ ਜਿੱਤ ਸਕੇ। ਤਾਂ ਹੁਣ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਉੱਤੇ ਹਰ ਕਿਸੇ ਦੀ ਨਜ਼ਰ ਟਿਕੀ ਹੋਈ ਸੀ। ਹਾਲਾਂਕਿ ਜਿਹੜਾ ਕਾਂਗਰਸ ਦੇ ਵੱਲੋਂ ਉਮੀਦਵਾਰ ਦਾ ਐਲਾਨ ਹਾਲੇ ਕੀਤਾ ਜਾਣਾ ਬਾਕੀ ਹੈ, ਪਰ 3 ਜਿਹੜੇ ਮੁੱਖ ਚਿਹਰੇ ਨੇ, ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਕੁਲਦੀਪ ਸਿੰਘ ਧਾਰੀਵਾਲ ਜੋ ਕਿ ਮੌਜੂਦਾ ਕੈਬਨਿਟ ਮੰਤਰੀ ਨੇ, ਔਰ ਅਕਾਲੀ ਦਲ ਦੇ ਵੱਲੋਂ ਅਨਿਲ ਜੋਸ਼ੀ, ਅਤੇ ਦੂਜੇ ਪਾਸੇ ਜੋ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ, ਤਾਂ ਅੰਮ੍ਰਿਤਸਰ ਦੀ ਸੀਟ ਦਾ ਜਿਹੜਾ ਮੁਕਾਬਲਾ ਉਹ ਇਸ ਵਾਰ ਬਹੁਤ ਜ਼ਿਆਦਾ ਦਿਲਚਸਪ ਰਹਿਣ ਵਾਲਾ, ਕਿਉਂਕਿ ਜਦੋਂ ਅਰੁਣ ਜੇਤਲੀ, ਉਸ ਤੋਂ ਬਾਅਦ ਹਰਦੀਪ ਸਿੰਘ ਪੁਰੀ, ਤਾਂ ਲਗਾਤਾਰ ਇਸ ਸੀਟ ਦੇ ਉੱਤੋਂ ਵੱਡੇ ਚਿਹਰੇ ਜਿਹੜੇ ਨੇ ਉਹ ਬੀਜੇਪੀ ਵੱਲੋਂ ਉਤਾਰੇ ਗਏ, ਤਾਂ ਇਸ ਵਾਰ ਬਹੁਤ ਸਖ਼ਤ ਜਿਹੜਾ ਮੁਕਾਬਲਾ ਉਹ ਰਹਿਣ ਵਾਲਾ। ਹਾਲਾਂਕਿ ਹਰ ਇੱਕ ਉਮੀਦਵਾਰ ਦਾਅਵਾ ਜ਼ਰੂਰ ਕਰਦਾ ਹੋਇਆ ਨਜ਼ਰ ਆ ਰਿਹਾ ਕਿ ਇਸ ਵਾਰ ਉਹਨਾਂ ਦੀ ਪਾਰਟੀ ਦਾ ਇਸ ਸੀਟ ਦੇ ਉੱਤੇ ਕਬਜ਼ਾ ਹੋਏਗਾ, ਪਰ ਦੂਸਰੇ ਪਾਸੇ ਅਕਾਲੀ ਦਲ ਇੱਕ ਪੰਥਕ ਪਾਰਟੀ ਦੇ ਤੌਰ 'ਤੇ ਜਾਣੀ ਜਾਂਦੀ ਹੈ। ਜਦੋਂ 3 ਖੇਤੀ ਕਾਨੂੰਨਾਂ ਦੀ ਗੱਲ ਹੋਈ ਤਾਂ ਉਸ ਵੇਲੇ ਵੀ ਅਕਾਲੀ ਦਲ ਵੱਲੋਂ ਜੋ ਹੈ ਬੀਜੇਪੀ ਤੋਂ ਕਿਨਾਰਾ ਕੀਤਾ ਗਿਆ ਸੀ, ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਅੱਜ ਇੱਕ ਵੱਖਰਾ ਰੰਗ ਨਜ਼ਰ ਆਇਆ ਕਿ ਅਕਾਲੀ ਦਲ ਵੱਲੋਂ 2 ਹਿੰਦੂ ਚਿਹਰੇ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਤਾਰੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਅਨਿਲ ਜੋਸ਼ੀ ਨੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ। ਅੰਮ੍ਰਿਤਸਰ ਦੀਆਂ ਅਸੀਂ ਤੁਹਾਨੂੰ ਇਹ ਲਾਈਵ ਤਸਵੀਰਾਂ ਵਿਖਾਈਆਂ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਦੇ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਅਨਿਲ ਜੋਸ਼ੀ ਦੇ ਦਫ਼ਤਰ ਦੇ ਵਿੱਚ ਜਿਹੜਾ ਕਿ ਜਸ਼ਨ ਦਾ ਮਾਹੌਲ ਹੈ, ਪਾਰਟੀ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ, ਮੂੰਹ ਮਿੱਠਾ ਕਰਵਾ ਕੇ ਅਨਿਲ ਜੋਸ਼ੀ ਨੂੰ ਜਿਹੜੀ ਕਿ ਉਮੀਦਵਾਰੀ ਟਿਕਟ ਪੱਕੀ ਹੋਣ ਦੀ ਜਿਹੜੀ ਕਿ ਵਧਾਈ ਦਿੱਤੀ ਜਾ ਰਹੀ ਹੈ, ਅਤੇ ਕਾਫੀ ਕੌਨਫੀਡੈਂਟ ਵੀ ਅਨਿਲ ਜੋਸ਼ੀ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਹਾਲ ਦੇ ਵਿੱਚ ਉਹੀ ਜਿੱਤ ਜੋ ਦਰਜ ਕਰਨਗੇ, ਇੱਕ ਵਧੀਆ ਪਾਰਟੀ ਦਾ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਰਹੇਗਾ। ਸੋ ਐਨ ਕੇ ਸ਼ਰਮਾ ਜਿਹੜੇ ਕਿ ਅਕਾਲੀ ਦਲ ਦੇ ਵੱਲੋਂ ਪਟਿਆਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ, ਤਾਂ ਟਿਕਟ ਮਿਲਣ ਤੋਂ ਬਾਅਦ 'ਚ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਸੁਣਾਉਂਦੇ ਹਾਂ। ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਕਿ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ, ਕੋਰ ਕਮੇਟੀ ਦਾ, ਵਰਕਰ ਸਾਹਿਬਾਨ ਦਾ, ਲੀਡਰ ਸਾਹਿਬਾਨ ਦਾ, ਜਿਨ੍ਹਾਂ ਦੀ ਮਿਹਰਬਾਨੀ ਸਦਕੇ ਜਿਨ੍ਹਾਂ ਨੇ ਮੈਨੂੰ ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ, ਔਰ ਵਿਸ਼ਵਾਸ ਵੀ ਦਿਵਾਉਂਦਾ ਕਿ ਪੂਰੀ ਜ਼ਿੰਦਗੀ 'ਚ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸੀ ਨਹੀਂ ਝੱਲਣੀ ਪਊਗੀ, ਪੂਰੀ ਵਫਾਦਾਰੀ ਨਾਲ ਪਾਰਟੀ ਦੀ ਔਰ ਲੋਕਾਂ ਦੀ ਜਿਹੜੀ ਸੇਵਾ ਕਰਾਂਗਾ, ਪੰਜਾਬ ਦੇ ਹੱਕਾਂ ਦੀ ਡੱਟ ਕੇ ਲੜਾਈ ਲੜਾਂਗਾ। ਜੇ ਪੰਜਾਬ ਦੇ ਅੰਦਰ ਜਿਹੜੀਆਂ ਕੇਂਦਰ ਦੀਆਂ ਪਾਰਟੀਆਂ ਪੰਜਾਬ ਨੂੰ ਬਰਬਾਦ ਕਰਨ 'ਚ ਲੱਗੀਆਂ ਹੋਈਆਂ, ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਦੇ ਅੰਦਰ ਵਰਤਿਆ ਜਾ ਰਿਹਾ, ਪੰਜਾਬ ਦਾ ਕਿਸਾਨ ਦੀ ਹਾਲਤ ਬਹੁਤ ਮਾੜੀ ਆ, ਵਪਾਰੀ ਤੰਗ ਆ, ਮਜ਼ਦੂਰ ਤੰਗ ਆ, ਕਰਮਚਾਰੀ ਤੰਗ ਆ, ਹਰ ਵਰਗ ਜਿਹੜਾ ਉਹ ਦੁਖੀ ਆ। ਸੋ ਪੰਜਾਬੀਆਂ ਨੇ ਹੁਣ ਫੈਸਲਾ ਕਰ ਲਿਆ ਕਿ ਤਜਰਬੇ ਨਹੀਂ ਕਰਨੇ, ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਮੈਨੂੰ ਪੂਰੀ ਉਮੀਦ ਆ ਕਿ ਡਟ ਕੇ ਖੜਨਗੇ। ਸੋ ਮੈਂ ਸਾਰਿਆਂ ਦਾ ਹੀ ਧੰਨਵਾਦ ਵੀ ਕਰਦਾ ਅਤੇ ਹੱਥ ਜੋੜ ਕੇ ਜਿਹੜਾ ਅਪੀਲ ਵੀ ਕਰਦਾ ਕਿ ਗੁਰੂ ਸਾਹਿਬ ਨੇ ਕਿਹਾ ਕਿ ਜ਼ੁਲਮ ਕਰਨਾ ਪਾਪ ਆ, ਜ਼ੁਲਮ ਸਹਿਣਾ ਪਾਪ ਆ। ਆਓ ਪੰਜਾਬੀਓ, ਆਪਾਂ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਡਟ ਕੇ ਲੜਾਈ ਲੜੀਏ, ਔਰ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦੇਈਏ। ਮੈਨੂੰ ਉਮੀਦ ਆ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਅਸੂਲਾਂ 'ਤੇ ਪਹਿਰਾ ਦੇਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ।